ਗੱਡੀ ਦੀ ਹਾਲਤ ਹੋਈ ਆ ਮੰਦੀ ਥੋੜੀ ਜੀ ਨੜਾ ਦੀ ਨਹੀਂ ਪਰਾਂ ਕਰ ਬੰਦ ਕਰ ਉਸਤਾਦ ਪਰੇ ਹੋ ਜਾ ਪਰੇ ਗੰਜੇ ਗੰਜੇ ਪਰਾਂ ਹੋ ਜਾ ਗੰਜੇ ਪਰਾਂ ਹੋ ਜਾ ਤੇਰੇ ਉੱਤੇ ਪੈ ਜਾਣਾ ਆਉਣ ਲੱਗਾ ਡਰ ਗਿਆ ਨਹੀਂ ਪੈਂਦਾ ਕਿਸੇ ਪਾਸੇ ਵਾਈਪਰ ਔਨ ਕਰ ਦੇਣੇ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੁਹਾਡਾ ਤੇ ਬਹੁਤ ਜ਼ਿਆਦਾ ਕਮੈਂਟ ਆਏ ਸੀਗੇ ਪਿਛਲੀ ਵੀਡੀਓ ਤੇ ਹੇਅਰ ਟਰਾਂਸਪਲਾਂਟ ਵਾਲੀ ਤੇ ਕਿ ਵੀਰੇ ਇਹਦਾ ਪ੍ਰੋਸੀਜਰ ਦੱਸਿਓ ਤੇ ਇੱਕ ਇਹਨਾਂ ਨੇ ਬਹੁਤ ਕਮੈਂਟ ਕੀਤੇ ਲੋਕਾਂ ਨੇ ਕਿ ਵੀਰੇ ਇਹ ਦੱਸੋ ਕਿ ਦਰਦ ਕਿੰਨਾ ਹੋਇਆ ਉਹ ਤਾਂ ਬਿੰਦੇ ਭਾਈ ਨੇ ਗੁਰਵੀ ਵੀਰ ਨੇ ਦੱਸਿਆ ਸੀਗਾ ਟਕਾ ਕੇ ਕਿ ਕਿੰਨਾ ਦਰਦ ਹੋਇਆ ਦੂਜਾ ਇੱਕ ਸੀਗਾ ਕਿ ਵੀਰੇ ਖਰਚਾ ਕਿੰਨਾ ਆ ਇੱਕ ਤੀਜਾ ਸੀਗਾ ਸਾਰਾ ਕੁਝ ਦੱਸਦੇ ਹਾਂ ਰੁਕੋ ਸਬਰ ਕਰੋ ਅੱਜ ਇਹੀ ਕਰਾਉਣਾ ਅੱਜ ਚੱਲੇ ਹਾਂ ਗੁਰਵੀ ਵੀਰ ਦੇ ਜਿਹੜੀ ਪੱਟੀ ਹੋਈ ਆ ਉਹਨੂੰ ਖਲਾਉਣ ਚੱਲੇ ਹਾਂ ਨਾਲ ਤੁਹਾਨੂੰ ਦੱਸਦਾ ਕੀ ਹਿਸਾਬ ਕਿਤਾਬ ਆ ਕਿੰਨਾ ਖਰਚਾ ਆਇਆ ਕਿੰਨਾ ਪ੍ਰੋਸੀਜਰ ਕਿੰਨਾ ਦਰਦ ਹੋਇਆ ਠੀਕ ਹੈ ਟੈਨਸ਼ਨ ਨਾ ਲਓ ਕਿਤੇ ਵੀਰੇ ਚਲੋ ਮਿਲ ਹੋਰ ਮੇਰਾ ਭਰਾ ਪਹਿਲਾਂ ਸਤਿ ਸ਼੍ਰੀ ਅਕਾਲ ਕਰਦੇ ਸਾਰਿਆਂ ਨੂੰ ਮੈਂ ਵਧੀਆ ਰਿਹਾ ਵਿੱਚ ਬਹੁਤ ਵਧੀਆ ਘੈਂਟ ਲੁੱਕ ਆ ਰਹੀ ਕੇ ਹਾਂਜੀ ਸਤਿ ਸ਼੍ਰੀ ਅਕਾਲ ਅੱਗੇ ਤਾਂ ਤੂੰ ਯਾਰ ਅੱਗੇ ਤੇਰੀ ਗਾਂਜੀ ਦੱਸਦੀ ਹੁੰਦੀ ਬਾਬੇ ਹੁਣ ਵੀ ਗਾਂਜੀ ਆ ਨਹੀਂ ਅੱਗੇ ਦੂਜੀ ਟਕਲੀ ਗਾਂਜ ਦੱਸਦੀ ਹੁੰਦੀ ਹੁਣ ਤਾਂ ਦੱਸਦੀ ਆ ਸ਼ਰੇਆਮ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਅਮੀ ਸਾਰੇ ਠੀਕ ਠਾਕ ਹੋਵਾਂਗੇ ਬਾਬੇ ਸਰਾਂ ਨੇ ਚੜ੍ਹਦੀ ਕਲਾ 'ਚ ਰੱਖਣ ਆਪਾਂ ਬਸ ਸਾਡਾ ਕੀ ਆਪਾਂ ਤਾਂ ਦਿਨ ਕੱਟੀ ਜਾਂਦੇ ਆ ਪਹਿਲਾਂ ਉਹਦਾ ਇੰਨਾ ਪੁੱਛਣਾ ਕਿ ਤੇਰੇ ਦਰਦ ਕਿੰਨਾ ਕੁ ਹੋਇਆ ਦਰਦ ਬਸ ਜਿੰਨਾ ਕੁ ਨਾ ਪਹਿਲੀ ਵਾਰੀ ਦਿਲ ਟੁੱਟਿਆ ਹਾਂ ਉਹ ਤਾਂ ਬਹੁਤ ਹੁੰਦਾ ਮਤਲਬ ਪੀ ਦਰਦ ਹੋਇਆ ਦੱਸ ਨਹੀਂ ਸਕੇ ਕਿਸੇ ਨੂੰ ਪਰ ਦੇ ਤੋਂ ਅੰਦਰ ਤੱਕ ਲੀਰਾਂ ਹੋਏ ਬੈਠੇ ਆ ਜਦੋਂ ਪੈਸੇ ਦਿੱਤੇ ਉਦੋਂ ਹੀ ਹੋਏ ਆ ਮਤਲਬ ਉਦਾਂ ਨਹੀਂ ਕੋਈ ਦਰਦ ਹੋਇਆ ਜਦੋਂ ਪੈਸੇ ਦਿੱਤੇ ਉਦੋਂ ਦਰਦ ਹੋਇਆ ਕਿਹਾ ਪੈਸੇ ਜਦੋਂ ਮੈਂ ਉੱਥੇ ਪੈਸੇ ਦਿੱਤੇ ਨਾ ਉਸ ਕਰਕੇ ਅਸੀਂ ਤੋਂ ਅੰਦਰ ਤੱਕ ਲੀਰਾਂ ਹੋਏ ਬੈਠੇ ਆ ਹੁਣ ਇੱਕ ਤੁਹਾਨੂੰ ਦੱਸਣਾ ਅਸੀਂ ਆਏ ਆ ਗੁਰਵੀ ਵੀਰ ਦੀ ਪੱਟੀ ਖਲਾਉਣ ਤੇ ਆ ਟੈਂਟ ਦੀ ਫੋਟੋ ਲੈਣੇ ਵੀਰੇ ਦੀ ਹਾਂਜੀ ਵੀਰੇ ਤੇਰੀ ਟੈਂਟ ਦੇ ਫੈਨ ਹੋ ਗਿਆ ਲੱਗਦਾ ਤੇ ਅੱਜ ਤੁਹਾਨੂੰ ਦਿਖਾਉਣੇ ਆ ਕੀ ਪ੍ਰੋਸੀਜਰ ਸੀ ਤੇ ਕੀ ਚੱਕਰ ਆ ਤੇ ਬਾਕੀ ਇਹ ਵੀ ਹੀਰੋ ਨੇ ਟੈਂਟ ਦੇ ਫੈਨ ਹੈ ਇਹਦੀ ਤੇ ਥੈਂਕ ਯੂ ਭਾਈ ਕੀ ਬਾਤ ਫੋਟੋ ਖਿਚਾ ਲਾ ਮੁੰਡਿਆਂ ਦੇ ਯਾਰ ਖਿਚਾਉਣੇ ਵੀਰੇ ਮੈਂ ਤਾਂ ਕਰ ਟੈਂਟ ਦੀ ਲੈਂਦੇ ਆ ਬਾਕੀ ਬੜੇ ਜਾਣਿਆਂ ਨੂੰ ਇਹ ਫਿਕਰ ਸੀਗਾ ਕਈ ਜਾਣੇ ਕਹਿੰਦੇ ਕਿ ਗੁਰਵੀ ਵੀਰ ਦੇ ਸੱਟ ਲੱਗੀ ਆ ਮੈਂ ਕਿਹਾ ਸੱਟ ਸੁੱਟ ਨਹੀਂ ਲੱਗੀ ਬਾਕੀ ਭਰਾਵਾ ਦਰਦ ਦੀ ਗੱਲ ਵੀ ਇਦਾਂ ਆ ਮੱਦ ਕੋ ਤਾਂ ਵੀ ਦਰਦ ਨਹੀਂ ਹੁੰਦਾ ਲੇਕਿਨ ਦਰਦ ਤਬ ਹੁੰਦਾ ਹੈ ਜਦ ਖੂਨ ਪਸੀਨੇ ਸੇ ਕਮਾਈ ਹੋਈ ਪੈਸੇ ਆ ਜੋ ਧਨ ਹੁੰਦਾ ਧਨ ਧਨ ਦੌਲਤ ਜੋ ਲਟਾ ਦਿੰਦੇ ਹਾਂ ਹਮ ਐਸੇ ਕੰਮੋਂ ਪੇ ਲੇਕਿਨ ਜੇ ਵੀ ਇੱਕ ਜ਼ਰੂਰੀ ਹੈ ਦੁਨੀਆ ਮੇ ਜਾਣੇ ਕੇ ਲਈ ਓਕੇ ਵੀਰੇ ਥੈਂਕ ਯੂ ਓਕੇ ਬ੍ਰੋ ਓਕੇ ਓਕੇ ਚੱਲ ਮੈਂ ਪਹਿਲਾਂ ਚੱਲੀਏ ਬਾਅਦ ਜੈਸੇ ਬਹੁਤ ਦਿੱਕਤ ਆ ਜਾਂਦੀ ਹੈ ਕਈ ਵਾਰ ਲੇਕਿਨ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਈ ਮੇਰੇ ਬਾਸ ਸੁਣੋ ਮੇਰੀ ਮੈਂ ਅਭੀ ਮੂਡ ਮੇ ਹੂੰ ਮੈਂ ਕਿਉਂਕਿ ਵੱਜ ਗਏ ਨੇ 5 ਹੋਇਆ ਚਾਹ ਵਾਲਾ ਟਾਈਮ ਆਪਣੇ ਸਨੈਪਚੈਟ ਵਾਲੇ ਜਿਹੜੇ ਜਿਹੜੇ ਮੱਥਾ ਸੁਜਾ ਆ ਬਸ ਪਹੁੰਚੋ ਮੱਥਾ ਸੁਜਾ ਸਵੈਲਿੰਗ ਜੀ ਇਟਸ ਨਾਰਮਲ ਓਕੇ ਕੁਝ ਪਾਣੇ ਕੇ ਲਈ ਕੁਝ ਖੋਨਾ ਤਾਂ ਪੜਤਾ ਹੈ ਨਾ ਠੀਕ ਹੈ ਬ੍ਰੋ ਕੋਈ ਨਹੀਂ ਹੈਗੀ ਬਾਲਾ ਸੁਜਾ ਲੱਗਣ ਡਿਆ ਅੱਜ ਤਾਂ ਬਾਲਾ ਸੁਜਾ ਲੱਗਣ ਹਾਂ ਕੁਝ ਕਹਿਣਾ ਚਾਹੁੰਦੇ ਦੇਖਿਆ ਮੈਂ ਡਾਕਟਰ ਸਾਹਿਬ ਨੇ ਕੋਟ ਅੱਜ ਡਾਕਟਰ ਸਾਹਿਬ ਨੇ ਕੋਟ ਆਇਆ ਬੂਟ ਇੱਥੇ ਗੁਰਵੀ ਦੇ ਉਦਨ ਪਏ ਸੀ ਜਿਹੜੀ ਮੈਡੀਸਨ ਉਹ ਆਪਣੇ ਵਧੀਆ ਲੱਗਾ ਬਲੌਗ ਮੈਂ ਲੈਂਡ ਜਿਹੜੀ ਡਾਕਟਰ ਸਾਹਿਬ ਦੀ ਜ਼ਬਾਨ ਵਾਲੀ ਟੈਕਨੀਕ ਸੀ ਡਾਕਟਰ ਸਾਹਿਬ ਗੁੱਸਾ ਨਹੀਂ ਕਰ ਗਿਆ ਦਾ ਨਹੀਂ ਨਹੀਂ ਉਹ ਤਾਂ ਹੱਸੇ ਨੇ ਗਿਆ ਸੀ ਚਲੋ ਬੈ ਤੁਸੀਂ ਟਿਊਬ ਤੁਹਾਨੂੰ ਲਿਖ ਕੇ ਦਿੱਤੀ ਹੋਈ ਸੀਗੀ ਲੈ ਕੇ ਆਇਓ ਹਾਂਜੀ ਹਾਂਜੀ ਮੈਂ ਲਿਆ ਸਪਰੇ ਕਰ ਰਹੇ ਤੁਸੀਂ ਹਾਂਜੀ ਹਾਂਜੀ ਐਕਚੁਅਲੀ ਮੈਂ ਜ਼ਿਆਦਾ ਹੀ ਕਰ ਲਈ ਹੋਗੀ ਕੋਈ ਪ੍ਰੋਬਲਮ ਤਾਂ ਨਹੀਂ ਨਹੀਂ ਜ਼ਿਆਦਾ ਤਾਂ ਨਹੀਂ ਕੀਤੀ ਠੀਕ ਕੀਤਾ ਬਹੁਤ ਬੀਬਾ ਬਹੁਤ
ਹਾਂਜੀ ਅਸੀਂ ਇੱਥੇ ਪਹੁੰਚੇ ਹਾਂ ਇੱਥੇ ਤੇ ਡਾਕਟਰ ਸਾਹਿਬ ਨੇ ਬੂਟ ਲਾਏ ਹੋਏ ਆ ਮੈਂ ਦੇਖਿਆ ਬੂਟ ਪਏ ਇੱਥੇ ਗੁਰਵੀ ਵੀਰ ਦੇ ਉਦੋਂ ਪਏ ਸੀ ਅੱਜ ਕਿਸੇ ਹੋਰ ਦੇ ਪਏ ਡਾਕਟਰ ਸਾਹਿਬ ਮੰਨਣ ਡੈ ਗਏ ਇਹਨਾਂ ਅਸੀਂ ਆਪਾਂ ਭੇਜਿਆ ਸੀ ਬੰਦਾ ਇੱਕ ਤੇ ਉਹ ਡਾਕਟਰ ਸਾਹਿਬ ਜਦੋਂ ਦੱਸਿਆ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਇਹ ਦੱਸਣਾ ਚਾਹੋਗੇ ਕਿੱਥੋਂ ਕਰਾਏ ਤੁਸੀਂ ਇਹ ਵੀ ਦੱਸ ਦਿਓ ਮੈਂ ਦੱਸਣਾ ਨਾ ਚੱਕਰ ਪਤਾ ਕੀ ਆ ਮੈਂ ਦੋ ਗੱਲ ਦੱਸ ਦਿੰਦਾ ਪਹਿਲੀ ਗੱਲ ਇਹ ਆ ਵੀ ਜਦੋਂ ਮੈਂ ਦੱਸਣਾ ਸਾਰਿਆਂ ਨੇ ਕਹਿਣਾ ਵੀ ਘਰੇ ਭਾਅ ਜੀ ਦੀ ਗਰੰਟੀ ਆ ਭਾਅ ਜੀ ਗਰੰਟੀ ਲਓਗੇ ਇਸ ਗੱਲ ਦੀ ਤਾਂ ਡਾਕਟਰ ਸਾਹਿਬ ਆਪਣੇ ਲੋਕ ਕਮਿਟਮੈਂਟ ਕਰਨਗੇ ਮਤਲਬ ਕਿ ਤੁਸੀਂ ਮੇਰੇ ਕਹਿਣ ਤੇ ਆਉਣੇ ਆ ਮਤਲਬ ਮੇਰਾ ਰਿਜ਼ਲਟ ਜਦੋਂ ਮੈਨੂੰ ਦੇਖਣ ਦਾ ਬਟ ਮੈਨੂੰ ਮੈਂ ਸੈਟੀਸਫਾਈ ਆ ਮੈਨੂੰ ਪਤਾ ਆ ਵੀ ਬਾਕੀ ਜਿਹੜਾ ਪੂਰਾ ਸੈਟੀਸਫਾਈ ਮੈਨੂੰ ਪਤਾ ਆ ਜੋ ਮੈਨੂੰ ਚਾਹੀਦਾ ਸੀਗਾ ਮੈਨੇਜਰ ਤੋਂ ਮੈਂ ਨਹੀਂ ਕਰਾਇਆ ਤੇ ਬਸ ਸਵੇਰੇ ਬਸ ਸਿਰਫ ਕੋਲਾ ਇੱਕ ਸਿਰਫ ਕੋਲ ਚੀਜ਼ ਦਿਖਾ ਇਹਨਾਂ ਨੂੰ ਕਿ ਜਦੋਂ ਤੁਸੀਂ ਕਦੀ ਵੀ ਕਿਸੇ ਦੇ ਬਾੜ ਲੱਗੇ ਦੇਖਿਓ ਨੇ ਤਾਂ ਲੈਣਾ ਖਿੱਚੀਆਂ ਹੁੰਦੀਆਂ ਇਦਾਂ ਜਾਂ ਇਦਾਂ ਲੈਣਾ ਖਿੱਚੀਆਂ ਦੇਖੋ ਆ ਦੇਖੋ ਕਿਦਾਂ ਇਹ ਨਾਰਮਲ ਜਿਹਾ ਜ਼ਿਗਜ਼ੈਗ ਜਿੱਦਾਂ ਮਤਲਬ ਕਿ ਕੁਝ ਨਹੀਂ ਪਤਾ ਕਿ ਜਿਹੜਾ ਕਿੱਧਰ ਨੂੰ ਸਾਈਡ ਨੂੰ ਕਰੀ ਆ ਸਾਈਡ ਜਿਹੜਾ ਬੇਲ ਜਿਹਾ ਲੱਗਦਾ ਨਾ ਤੁਹਾਨੂੰ ਇਹ ਪਹਿਲੇ ਵਾਲੇ ਹੈਗੇ ਓਰੀਜਨਲ ਵਾਲ ਹੈਗੇ ਆ ਬਾਏ ਵੀਰੇ ਮਿਲਦੇ ਹਾਂ ਜਾਂ ਕਿੱਥੇ ਚੱਲਣਾ ਮੈਂ ਇੱਥੋਂ ਦੇ ਚਾਹ ਲੈ ਬਸ ਮਿਲਦੇ ਪੀ ਤੂੰ ਮੈਨੂੰ ਬਿਠਾਤਾ ਇੱਥੇ ਕਿਉਂਕਿ ਮੈਂ ਤੁਹਾਨੂੰ ਪਤਾ ਮੈਂ ਦਿਮਾਗੀ ਬੰਦਾ ਹਾਂ ਮੈਂ ਆਈਡੀਆ ਚੋਰੀ ਕਰ ਸਕਦਾ ਇਹਨਾਂ ਦਾ ਇਹਨਾਂ ਦੀ ਟੈਕਨੀਕ ਚੋਰੀ ਕਰ ਸਕਦਾ ਕਿੱਦਾਂ ਇਹ ਲਾਉਂਦੇ ਇਸ ਕਰਕੇ ਮੈਨੂੰ ਬਾਹਰ ਬਿਠਾ ਦਿੰਦੇ ਆ ਸ਼ਹਿਰੋਂ ਆਏ ਹਾਂ ਗੌਰੀ ਵੀਰ ਦੀ ਪੱਟੀ ਖੜਾ ਕੇ ਅਤੇ ਪਹੁੰਚ ਗਏ ਹਾਂ ਪਿੰਡ ਫੋਲੜੀ ਵਾਲਾ ਅਤੇ ਘਰੇ ਜਾ ਕੇ ਤੁਹਾਨੂੰ ਸਾਰਾ ਕੁਝ ਦੱਸ ਦੇ ਕੀ ਬਹੁਤ ਵਾਰੀ ਦੱਸਿਆ ਫੋਲੀ ਵਾਲਾ ਪਿੰਡ ਨਸ਼ੇ ਪੱਤੇ ਤੋਂ ਰਹਿਤ ਇਲਾਕਾ ਜਲੰਧਰ ਜ਼ਿਲ੍ਹੇ ਦੀ ਕਰੀਮ ਆ ਕਰੀਮ ਦੇਖ ਲਓ ਬਾਬਾ ਜੀ ਇਸ ਗੱਲੋਂ ਕਰੀਮ ਕਹੀਦਾ ਜਲੰਧਰ ਜ਼ਿਲ੍ਹੇ ਦੀ ਕਰੀਮ ਪਿੰਡ ਫੋਲੀ ਵਾਲਾ ਫੋਲੀ ਪਿੰਡ ਦੀ ਇਹ ਪਹਿਚਾਣ ਪੜ੍ਹਿਆ ਲਿਖਿਆ ਹਰ ਇਨਸਾਨ ਨਸ਼ੇ ਪੱਤੇ ਤੋਂ ਰਹਿਤ ਇਲਾਕਾ ਦੇਖੋ ਕਿਆ ਗੱਲਬਾਤ ਦੇਖੋ ਤੁਸੀਂ ਵਿਊ ਦੇਖੋ ਚਲੋ ਹੁਣ ਘਰੇ ਜਾ ਕੇ ਤੁਹਾਨੂੰ ਦੱਸਦੇ ਹਾਂ ਕੀ ਹਿਸਾਬ ਕਿਤਾਬ ਸਾਰਿਆਂ ਨੇ ਬਹੁਤ ਪੁੱਛਿਆ ਜੀ ਅੱਜ ਦਾ ਪੱਟੀ ਖਿਲਾ ਕੇ ਆ ਗਏ ਹਾਂ ਅਤੇ ਚੱਲ ਮੇਰਾ ਦਿਖਾ ਭਰਾ ਹੋਇਆ ਕੀ ਦਿਖਾ ਦਾ ਸਿਰ ਨੂੰ ਪਿੱਛੇ ਵਾਲ ਕਿੱਥੋਂ ਲਏ ਸੀ ਤੇਰੇ ਮੂਹਰੋਂ ਤਾਂ ਘੈਂਟ ਲੱਗਦੇ ਆ ਓਹੋ ਇੱਧਰ ਨੂੰ ਹੋਇਆ ਇੱਧਰ ਨੂੰ ਆ ਇੱਥੋਂ ਵਾਲ ਲਏ ਕੁਝ ਜ਼ਿਆਦਾ ਨਹੀਂ ਗਾ ਇੱਥੇ ਕੈਮਰੇ 'ਤੇ ਭਾਵੇਂ ਜ਼ਿਆਦਾ ਫਾਇਦਾ ਹੋਵੇ ਹਰਦੀਪ ਦੇਖ ਭਾਵੇਂ ਹਰਦੀਪ ਰੈੱਡ ਰੈੱਡ ਹੀ ਹੋਇਆ ਮਾੜਾ ਮਾੜਾ ਬਸ ਹੋਰ ਕੁਛ ਨਹੀਂ ਹੋਰ ਕੁਛ ਨਹੀਂ ਗਾ ਬਸ ਜਿਆਦਾ ਐਡਾ ਹੈ ਨਹੀਂ ਗਾ ਬਸ ਸਹੀ ਕੈਬ ਤਾਂ ਪਾਊਗਾ ਕੈਬ ਨੇ ਉਹਨੇ ਲਾ ਕੇ ਰੱਖਣ ਨੂੰ ਕਿਹਾ ਡਾਕਟਰ ਨੇ ਕਿਉਂ ਹੋਰ ਤਰ੍ਹਾਂ ਹੁੰਦਾ ਨਹੀਂ ਹੈ ਨਹੀਂ ਗਾ ਵਾਲ ਵੀ ਆ ਗਏ ਇਹਦੇ ਉੱਤੇ ਤਾਂ ਵਾਲ ਆ ਗਏ ਇਹਦੇ ਉੱਤੇ ਬਾਕੀ ਅੱਛਾ ਤੇ ਹੁਣ ਮੈਂ ਦਿਖਾ ਤਾਂ ਦਿੱਤਾ ਬਾਬੇ ਸਾਰਾ ਕੁਛ ਤੇ ਹੁਣ ਮੈਨੂੰ ਸਿਰਫ ਇੰਨਾ ਦੱਸ ਕਿ ਕਿੱਥੋਂ ਕਰਾਇਆ ਬਹੁਤ ਸਵਾਲ ਆ ਕਿੱਥੋਂ ਕਰਾਇਆ ਮੈਂ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹੁੰਦਾ ਮੈਂ ਕਿਸੇ ਦੇ ਵੀ ਰੈਫਰੈਂਸ ਤੇ ਨਹੀਂ ਸੀਗਾ ਜਿੱਥੋਂ ਵੀ ਟ੍ਰਾਂਸਪਲਾਂਟ ਕਰਾਇਆ ਆ ਮੈਂ ਜਸਟ ਮੈਂ ਦੇ ਭਾਬੀ ਤੇਰੀ ਜਾਂਦੇ ਪਏ ਸੀਗੇ ਤੇ ਮੈਂ ਕਿਹਾ ਯਾਰ ਹੇਅਰ ਆਪਣੇ ਹੈਗੇ ਆ ਟ੍ਰਾਂਸਪਲਾਂਟ ਵਾਲੇ ਆਪਾਂ ਉਹਨਾਂ ਕੋਲ ਗਏ ਤੇ ਉਹਨਾਂ ਨੇ ਜੋ ਮੈਨੂੰ ਟੈਕਨੀਕ ਦੱਸੀ ਤੇ ਉਹਨਾਂ ਨੇ ਆਪਣੀ ਗਰੰਟੀ ਵੀ ਲਈ ਵੀ ਆਹ ਵਾਲੀ ਸਿਰਫ ਪੂਰੇ ਇੰਡੀਆ ਵਿੱਚ 40 ਬੰਦੇ ਯੂਜ਼ ਕਰਦੇ ਆ ਫਿਰ ਜਿੱਡੇ ਮਰਜ਼ੀ ਵੱਡੇ ਵੱਡੇ ਹੋਣਗੇ ਤੇ ਉਹਨਾਂ ਕੋਲ ਇਹ ਨਹੀਂ ਹੋਊਗਾ ਹਰੇਕ ਕੋਈ ਕਹਿ ਦੂਗਾ ਐਫ ਯੂ ਵੀ ਟੈਕਨੀਕ ਐਫ ਯੂ ਵੀ ਟੈਕਨੀਕ ਉਹ ਨਾਰਮਲ ਆ ਉਹ ਮਤਲਬ ਕਿ ਐਫ ਯੂ ਵੀ ਟੈਕਨੀਕ ਨਿਊ ਆਈ ਆ ਪਹਿਲਾਂ ਹੋਰ ਹੁੰਦੀ ਆ ਉਹ ਵੀ ਦੱਸ ਦੇਣਾ ਕਿੰਨੇ ਉਹ ਚ ਕਿੰਨੇ ਵਾਰੀ ਵਿਜ਼ਿਟ ਕਰਨਾ ਉਹਦੇ ਵਿੱਚ ਮੁੜ ਕੇ ਚੱਕਰ ਇਹ ਆ ਕਿ 6 ਮਹੀਨੇ ਬਾਅਦ ਮਤਲਬ ਕਿ ਬਾਰ ਬਾਰ ਜਦੋਂ ਤੁਸੀਂ ਸਿੰਗਰ ਦੇਖਦੇ ਆ ਕਿਸੇ ਸਿੰਗਰ ਇੱਥੋਂ ਹਟ ਜਾਏਗਾ ਤੇ ਇੱਥੋਂ ਹਟ ਕੇ ਦੁਬਾਰਾ ਫੇਰ ਟੀਕੇ ਟੂਕੇ ਲਾਉਣ ਜਾਂਦੇ ਆ ਉਹ 6 ਮਹੀਨੇ ਬਾਅਦ ਨਾ ਇੰਜੈਕਸ਼ਨ ਲਗਾਉਣ ਜਾਂਦੇ ਇੰਜੈਕਟ ਕਰਨ ਜਾਂਦੇ ਇਸ ਕਰਕੇ ਇੱਥੋਂ ਜਿੱਥੋਂ ਮੈਂ ਕਰਾਇਆ ਸੀਗਾ ਇਹਦਾ ਡਾਟਾ ਨਾ ਜਿੱਦਾਂ ਕਿਤੇ ਲਿਟਰੇਚਰ ਹੈ ਨਹੀਂਗਾ ਨੈਟ ਉੱਤੇ ਸਟੈਮ ਸੈਲ ਟੈਕਨੋਲੋਜੀ ਆ ਇਹ ਕੋਈ ਟੈਕਨੀਕ ਜਿਹੜੀ ਆ ਸਟੈਮ ਸੈਲ ਕਹਿੰਦੇ ਆ ਇਹਨੂੰ ਸਟੈਮ ਸੈਲਸ ਤੁਸੀਂ ਕਿਸੇ ਨੂੰ ਜੇ ਤੁਸੀਂ ਕਿਸੇ ਵੀ ਪਾਸੇ ਟ੍ਰਾਂਸਪਲਾਂਟ ਕਰਾਉਣਾ ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਵੀ ਅਸੀਂ ਸਟੈਮ ਸੈਲ ਕਰਵਾਉਣਾ ਆ ਸਟੈਮ ਸੈਲ ਠੀਕ ਆ ਜੀ ਬਾਕੀ ਜਿੱਥੋਂ ਮੈਂ ਕਰਵਾਇਆ ਸੀਗਾ ਜੇ ਤੁਹਾਨੂੰ ਮਿਲਦਾ ਤੁਸੀਂ ਲੱਭ ਲਿਓ ਤੇ ਸਟੈਮ ਸੈਲ ਦੀ ਉਹਨਾਂ ਕੋਲ ਗਰੰਟੀ ਤੇ ਬਾਕੀ ਕਈ ਵੀਰ ਕਹਿੰਦੇ ਆ ਕਿੰਨਾ ਖਰਚਾ ਹੈ ਵੀਰੇ ਤੁਹਾਨੂੰ ਕਾਹਦੇ ਲਕੋ ਆ ਇਹਦੇ ਵਾਲ ਦੇਖ ਲਓ ਕਿੱਥੋਂ ਕਿੱਥੋਂ ਲੱਗੇ ਆ ਇੰਨੇ ਥੋੜੇ ਜਿਹੇ ਪਿੱਛੇ ਲਾਏ ਆ ਆਪਾਂ ਕੋਈ ਡਾਕਟਰ ਸਾਹਿਬ ਤੋਂ ਕੋਈ ਕਨਸੈਸ਼ਨ ਨਹੀਂ ਲਈ ਕੋਈ ਕੁਛ ਨਹੀਂ ਲਿਆ ਤੇ 84,000 ਲੱਗੇ ਆ ਠੀਕ ਹੈ ਜੀ ਲੱਖ ਮਤਲਬ ਤੇ ਬਾਕੀ ਇਹੀ ਸੇਮ 30-32,000 ਚ ਵੀ ਹੋ ਜਾਂਦਾ ਜਿਹੜਾ ਲੋਕ ਬਾਕੀ ਕਰਾਉਂਦੇ ਆ ਪਰ ਉਹ ਇਦਾਂ ਆ ਲਾਈਨ ਵਾਈਜ਼ ਇਦਾਂ ਲੈਣਾ ਹੀ ਖਿੱਚ ਲੈਣੀ ਇਦਾਂ ਸਭ ਪਤਾ ਲੱਗਣਾ ਲੱਗੇ ਹੋਏ ਆ ਜੇ ਤੁਸੀਂ ਇੰਨੇ ਸੰਘਣੇ ਨਹੀਂ ਲਾਉਣੇ ਤੁਸੀਂ 30-32,000 ਚ ਕਰਾਉਣਾ ਆ ਤੇ ਉਹ ਤੁਹਾਨੂੰ ਬਾਰ ਬਾਰ ਕਰਾਉਣਾ ਪੈਣਾ ਹਾਂ ਜੇ ਇੱਕ ਵਾਰੀ ਲੱਗ ਗਏ ਦੂਜੀ ਵਾਰੀ ਫਿਰ ਦੂਜੀ ਜਗ੍ਹਾ ਭਰਾਉਣੀ ਇਹਦੀ ਹੁਣ ਲਾਈਫ ਟਾਈਮ ਗਰੰਟੀ ਆ ਕਿ ਲਾਈਫ ਟਾਈਮ ਰਹਿਣੇ ਆ ਇਹਦਾ ਇਹ ਕੋਈ ਚੱਕਰ ਨਹੀਂ ਕਿ ਬਾਰ ਬਾਰ ਤੁਸੀਂ ਜਾਓਗੇ ਤੇ ਬਾਕੀ ਕਈ ਜਣੇ ਪੁੱਛਦੇ ਆ ਡਾਕਟਰ ਸਾਹਿਬ ਦੇ ਬਾਰੇ ਦੱਸੋ ਕਿੱਥੋਂ ਕਰਾਇਆ ਉਹ ਹੀ ਬ੍ਰੋ ਦੋ ਤਿੰਨ ਬੰਦੇ ਆਪਣੇ ਜਾ ਵੀ ਆਏ ਆ ਮੈਂ ਹੁਣ ਇੱਕ ਗੱਲ ਕਹਿਣੀ ਉਹ ਨਹੀਂ ਦੱਸਣਾ ਕਿਦਾਂ ਇੱਕ ਗੱਲ ਮੈਂ ਕਹਿਣੀ ਚਾਹਣਾ ਕਿ ਦੇਖੋ ਆਪਾਂ ਕਹਿੰਦੇ ਸੀ ਡਾਕਟਰ ਸਾਹਿਬ ਤੋਂ ਬਿਨਾਂ ਭਾਈ ਦੱਸੇ ਵੀ ਆਪਾਂ ਇਹ ਚੈਨਲ ਚਲਾਉਂਦੇ ਜਾਂ ਕੁਛ ਵੀ ਆਪਾਂ ਉਸ ਕਿਸੇ ਚੀਜ਼ ਦਾ ਕੋਈ ਫਾਇਦਾ ਨਹੀਂ ਲਿਆ ਵੀ ਤੁਹਾਡੀ ਪ੍ਰਮੋਸ਼ਨ ਕਰਾਂਗੇ ਜਾਂ ਕੁਛ ਵੀ ਕਰਾਂਗੇ ਹੁਣ ਜੇ ਡਾਕਟਰ ਸਾਹਿਬ ਦੇ ਕੋਲੋਂ ਅਸੀਂ ਪੂਰਾ ਪੇ ਕੀਤਾ ਉਹ ਉਹਨਾਂ ਦਾ ਕੰਮ ਸੀਗਾ ਹੁਣ ਅਰਵਿੰਦ ਦਾ ਚੈਨਲ ਚੱਲਦਾ ਐਡੇ ਫੋ ਤੁਸੀਂ ਸਾਰੇ ਜਣੇ ਦੇਖਦੇ ਆ ਠੀਕ ਹੈ ਉਦਾਂ ਵੀ ਐਡ ਊਡ ਲੱਗਦੀ ਇੱਥੇ ਹੁਣ ਅਸੀਂ ਵੀ ਭਰਾਵਾ ਸਾਡਾ ਕੰਮ ਇਹ ਆ ਫਿਰ
ਬਾਕੀ ਜੇ ਬਾਲਾ ਕਿਸੇ ਨੂੰ ਚੱਕਰ ਹੈ ਤੁਸੀਂ ਜਿੱਥੋਂ ਕਰਾਇਆ ਦੱਸੋ ਦੱਸੋ ਵੀਰੇ ਡਾਕਟਰ ਸਾਹਿਬ ਕਹਿਣ ਤੇ ਆਪਾਂ ਪ੍ਰਮੋਟ ਕਰ ਦਾਂਗੇ ਕਿਉਂਕਿ ਉਹ ਬਾਕੀ ਜੇ ਵੀਰਾਂ ਨੂੰ ਪਤਾ ਹੀ ਜਿਹੜੇ ਇੱਥੇ ਆਉਂਦੇ ਜਾਂਦੇ ਘਰੇ ਆਉਂਦੇ ਹੀ ਆ ਤੁਸੀਂ ਸਿੱਧਾ ਘਰੇ ਆ ਬਾਈ ਜਿਹਨੂੰ ਬਾਹਲੀ ਲੋੜ ਆ ਉਹ ਸਿੱਧਾ ਘਰੇ ਆ ਜਾਓ ਉਹ ਦੱਸ ਦਾਂਗੇ ਬਾਕੀ ਖਰਚਾ ਆਇਆ ਆ 84,000 ਰੁਪਈਆ ਪੂਰਾ ਤੇ ਆਹ ਸਾਈਡਾਂ ਲੱਗੀਆਂ ਤੇ ਉੱਪਰਲੇ ਬਾਲ ਲੱਗੇ ਆ ਤੇ ਬਾਕੀ ਪਿੱਛੋਂ ਲਏ ਹੋਏ ਆ ਇਹ ਆਹ ਪਿੱਛੋਂ ਲਏ ਹੋਏ ਆ ਜਿਹੜਾ ਚੌੜੀ ਆ ਇਹ ਤਾਂ ਕੁਛ ਨਹੀਂ ਹੈਗਾ ਵਿੱਚੋਂ ਵਿੱਚੋਂ ਕੱਢੇ ਜਿੱਥੋਂ ਕੱਢੇ ਲੱਗਣਾ ਇਸ ਵੇਲੇ ਗੰਦਾ 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 ਜਿਹਾ ਹੈ ਨਹੀਂ ਹੈਗਾ ਉਹਦੇ ਰੈਡ ਹੋਇਆ ਆ ਜਦੋਂ ਪਹਿਲਾਂ ਜਦੋਂ ਕਰਦੇ ਸੀ ਨਾ ਜਿੱਦਾਂ ਕੱਢ ਲਿਆ ਨਾ ਵਾਲ ਆਹ ਵਾਲੇ ਹਾਂ ਬਾਰ ਬਾਰ ਨਾ ਦਿਖਾ ਜਦੋਂ ਤੁਸੀਂ ਕਿਤੋਂ ਵੀ ਕਰਾਓਗੇ ਨਾ ਜਿੰਨੇ ਵਾਲ ਕੱਢ ਲਏ ਮੁੜ ਕੇ ਆਉਣੇ ਨਹੀਂ ਹਾਂ ਇਹ ਆਉਗੇ ਇਹ ਪੂਰੇ ਮਤਲਬ ਜੇ ਤਾਂ ਵਿੱਚੋਂ ਵਿੱਚੋਂ ਲੈਣੇ ਤਾਂ ਪਊਗੀ ਤਾਂ ਲੈਣਾ ਟੇਡੀਆਂ ਪੈਣਗੀਆਂ ਮਤਲਬ ਇਹ ਕਦੀ ਕਿਤੋਂ ਕਦੀ ਕਿਤੋਂ ਕਦੀ ਕਿਤੋਂ ਕਦੋਂ ਇੱਦਾਂ ਕੱਢੇ ਹੋਏ ਲੱਗਦਾ ਦੇਖਣ ਨੂੰ ਇਹ ਕਿਉਂਕਿ ਉਹਨਾਂ ਨੂੰ ਕਲੀਨ ਕਰਨਾ ਪੈਣਾ ਸੀਗਾ ਇਸ ਕਰਕੇ ਲੱਗਦਾ ਹੁਣ ਇੱਦਾਂ ਇਹਦਾ ਪ੍ਰੋਸੀਜਰ ਇਹ ਆ ਜੀ ਰੁਕਿਓ ਪ੍ਰੋਸੀਜਰ ਇਹਦਾ ਇਹ ਆ ਕਿ ਪਹਿਲੇ ਦਿਨ ਕਿੰਨੇ ਘੰਟੇ ਲੱਗੇ ਤੁਹਾਨੂੰ 9 ਘੰਟੇ ਲੱਗੇ ਦਸ ਘੰਟੇ ਤਾਂ ਲੱਗੇ ਕਿਉਂਕਿ ਇਕੱਲਾ ਇਕੱਲਾ ਵਾਲ ਕੱਢਣਾ ਫਿਰ ਗਿਣਨਾ ਮੇਰੇ ਉਹਦੇ ਹਿਸਾਬ ਨਾਲ ਵਾਲ ਇਕੱਲਾ ਇਕੱਲਾ ਕੱਢਣਾ ਗਿਣਨਾ ਮੁੜ ਕੇ ਤੇ ਸਪੇਸ ਬਣਾਉਣੀ ਠੀਕ ਹੈ ਜਗ੍ਹਾ ਬਣਾਉਣੀ ਜਗ੍ਹਾ ਬਣਾ ਕੇ ਤੇ ਮੁੜ ਕੇ ਉਸ ਤੋਂ ਬਾਅਦ ਵਾਲ ਪਰਾਉਣੇ 10-11 ਘੰਟੇ ਲੱਗੇ ਸੀਗੇ ਪਹਿਲੇ ਬਾਕੀ ਦਰਦ ਵਾਲਾ ਚਲੋ ਹਾਸਿਨਾ ਅਸਰ ਹੈ ਦਰਦ ਵਾਲਾ ਕੋਈ ਚੱਕਰ ਨਹੀਂ ਦਰਦ ਜਮਾ ਨਹੀਂ ਹੁੰਦਾ ਦੂਜੇ ਦਿਨ ਸਵੈਲਿੰਗ ਆਈ ਸੀਗੀ ਇੱਥੇ ਉਹ ਵੀ ਮੇਰੀ ਗਲਤੀ ਸੀ ਮੈਂ ਮੈਡੀਸਨ ਨਹੀਂ ਸੀ ਦੂਜੇ ਦਿਨ ਟਾਈਮ ਨਾਲ ਖਾਧੀ ਤੀਜੇ ਦਿਨ ਪਿੰਸ਼ ਨੂੰ ਲੈ ਕੇ ਆਉਂਦੀ ਸਵੈਲਿੰਗ ਠੀਕ ਹੁਣ ਵੀ ਹੈਗੀ ਸਵੈਲਿੰਗ ਮਾੜੀ ਮਾੜੀ ਮੱਥੇ ਤੇ ਬਟ ਠੀਕ ਆ ਦਰਦ ਕੋਈ ਨਹੀਂ ਸੀ ਬਸ ਪੈਣਾ ਆਪਾਂ ਸਿੱਧੇ ਇੱਦਾਂ ਤਾਂ ਉਹਨੂੰ ਸਾਈਡਾਂ ਨਹੀਂ ਲਿਆ ਜਿੱਥੇ ਵਾਲ ਲੱਗੇ ਮਤਲਬ ਉਹ ਜਗ੍ਹਾ ਨੂੰ ਬਚਾਉਣਾ ਕਿਸੇ ਚੀਜ਼ ਨੂੰ ਟੱਚ ਨਹੀਂ ਹੋਣ ਦੇਣੀ ਮਤਲਬ ਕਿ ਟੋਪੀ ਟਾਪੀ ਵੀ ਕੁਛ ਨਹੀਂ ਕਰਨਾ ਉਹਨਾਂ ਦਿਨ ਅੱਜ ਆਪਾਂ ਹਾਲਾਂਕਿ ਪੜਦੇ ਨਾਲ ਵੀ ਟੱਚ ਨਹੀਂ ਕਰਨਾ ਹਾਂ ਦੋ ਦਿਨ ਗੈਪ ਆ ਗਿਆ ਅੱਜ ਅਸੀਂ ਗਏ ਆ ਅੱਜ ਇਹਦੀ ਪੱਟੀ ਖੁੱਲ ਗਈ ਆ ਹੁਣ 4 ਦਿਨਾਂ ਬਾਅਦ ਵਾਸ਼ ਕਰ ਸਕਦੇ ਉਦੋਂ ਬਾਅਦ ਮੈਂ ਰਮਾਲ ਬੰਨੋ ਜੋ ਮਰਜ਼ੀ ਕਰੋ ਅੱਜ ਤਰੀਕ 16 ਆ 16 ਤਰੀਕ 13 ਨੂੰ ਹੋਇਆ ਸੀਗਾ ਅੱਜ 16 20 ਨੂੰ ਹੈੱਡ ਵਾਸ਼ ਹੋ ਜਾਣਾ ਹੈੱਡ ਵਾਸ਼ ਤੋਂ ਬਾਅਦ ਉਸ ਤੋਂ ਬਾਅਦ ਦੋ ਦਿਨਾਂ ਬਾਅਦ ਭਾਵੇਂ ਆਪਾਂ ਪੱਗ ਬੰਨੀਏ ਜਿੱਦਾਂ ਮਰਜ਼ੀ ਕੋਈ ਪ੍ਰੋਬਲਮ ਨਹੀਂ ਕੱਲ ਨੂੰ ਵੀ ਬਣ ਸਕਦਾ ਹੈ ਮਤਲਬ ਕਿ ਬੋਲਾ ਬੋਲਾ ਪਰ ਜਦੋਂ ਹੈੱਡ ਵਾਸ਼ ਹੋ ਗਿਆ ਉਸ ਤੋਂ ਬਾਅਦ ਭਾਵੇਂ ਜਿੰਨੀ ਮਰਜ਼ੀ ਕੱਸ ਕੇ ਪੱਗ ਵੀ ਬੰਨ ਲਵੇ ਕੋਈ ਪ੍ਰੋਬਲਮ ਨਹੀਂ ਵਾਲ ਇਦਾਂ ਹੀ ਹੋਣਗੇ ਮਤਲਬ ਬਸ ਇਹਨਾਂ ਹੈ ਵੀ ਮੜੀ ਜੀ ਕੇਅਰ ਕਰਨੀ ਪੈਂਦੀ ਹੈ ਬਲਕਿ ਇਹ ਕੋਈ ਪ੍ਰੋਮੋਸ਼ਨਲ ਵਲੌਗ ਨਹੀਂ ਸੀਗਾ ਵੀ ਆਪਾਂ ਕਿਸੇ ਦੀ ਹਾਂ ਜਿੱਦਾਂ ਸਾਰੇ ਕਹਿੰਦੇ ਨੇ ਦੱਸੋ ਇਹਦੇ ਬਾਰੇ ਦੱਸ ਨਹੀਂ ਸਕਦੇ ਇਹ ਨਹੀਂ ਸੀ ਮੈਂ ਸਿਰਫ ਆਪਣੇ ਬਾਰੇ ਦੱਸਿਆ ਕਿ ਮੈਂ ਕੀ ਆ ਵੀ ਜਿਹੜੇ ਆਪਣੇ ਭਰਾ ਆ ਵੀ ਜੇ ਤੁਸੀਂ ਟੈਕਨੀਕ ਵੀ ਦੱਸ ਦਿੱਤੀ ਸਟੈਮ ਸੈਲ ਉਹਦੇ ਵਿੱਚ ਹੈਗਾ ਆ ਤੁਸੀਂ ਜੇ ਕਰਾਉਣੀ ਆ ਤੁਸੀਂ ਕਦੋਂ ਵੀ ਪਤਾ ਕਰਵਾ ਸਕਦੇ ਆ ਬਾਕੀ ਜੇ ਤੁਸੀਂ ਇੱਥੋਂ ਹੀ ਕਰਾਉਣੀ ਆ ਡਾਕਟਰ ਸਾਹਿਬ ਕੋ ਤੁਸੀਂ ਪਿੰਡ ਆ ਜਿਓ ਵੀਰੇ ਪਿੰਡ ਬਾਲੇ ਜੁੜੀ ਤੁਸੀਂ ਆ ਜਿਓ ਕਿਉਂਕਿ ਯਾਰ ਇੱਥੇ ਬੋਲ ਕੇ ਨਹੀਂ ਦੱਸ ਸਕਦੇ ਕਿਉਂ ਵੀ ਹਨਾ ਆਪਾਂ ਵੀ ਐਵੇਂ ਇਦਾਂ ਐਡ ਨਾ ਫਿਰ ਆਪਾਂ ਵੀ ਐਡ ਨਹੀਂ ਕਰ ਸਕਦੇ ਕਿਉਂਕਿ ਨਾ ਇਤਨਾ ਕਰਨਾ ਬਾਕੀ ਮੇਰੇ ਚੈਨਲ ਦਾ ਲਿੰਕ ਪਾਤਾ ਹੋਇਆ ਜੋ ਤੁਸੀਂ ਸਬਸਕ੍ਰਾਈਬ ਕੀਤਾ ਵਾਸਤੇ ਬਹੁਤ ਥੈਂਕਸ ਚੇਤਾ ਭੁੱਲ ਦੁਬਾਰਾ ਫੇਰ ਪਾ ਦਾਂਗੇ ਇਹਦਾ ਚੈਨਲ ਦਾ ਲਿੰਕ ਪਾਇਆ ਸਬਸਕ੍ਰਾਈਬ ਦੇਖਣ ਤੋਂ ਬਿਨਾਂ ਕਿਸੇ ਵੀਡੀਓ ਤੋਂ 10,000 ਸਬਸਕ੍ਰਾਈਬਰ ਆ ਗਏ ਥੈਂਕ ਯੂ ਸੋ ਮਚ ਮੈਂ ਕਹਿਣਾ ਸੀ ਮੈਂ ਕਿਹਾ ਜਿਹੜਾ ਚੈਨਲ ਚਲਾਉਣਾ ਕਿਹੜਾ ਸੌਖਾ ਹੈ ਵਲੌਗ ਬਣਾਉਣਾ ਜਾਂ ਕੁਛ ਵੀ ਬਣਾਉਣਾ ਉਹਨਾਂ ਦਾ ਸੀਗਾ ਉਹਨਾਂ ਨੇ ਆਪਣੇ ਕੋਲੋਂ ਜਿੱਦਾਂ ਖਰਚਾ ਸੀ ਆਪਾਂ ਕੁਛ ਨਹੀਂ ਰਿਹਾ ਮੈਂ ਹੁਣ ਡਾਕਟਰ ਸਾਹਿਬ ਨੂੰ ਵੈਸੇ ਪੁੱਛਿਆ ਸੀਗਾ ਮੈਂ ਕਿਹਾ ਡਾਕਟਰ ਸਾਹਿਬ ਬਹੁਤ ਜਣੇ ਪੁੱਛਦੇ ਆ ਅਸੀਂ ਦੱਸ ਦਈਏ ਡਾਕਟਰ ਸਾਹਿਬ ਨੇ 10,000-15,000 ਘਟਾਇਆ ਮੇਰੇ ਲਈ ਮੈਂ ਕਿਹਾ ਚਲੋ ਠੀਕ ਹੈ ਫਿਰ ਤਾਂ ਅਸੀਂ ਨਹੀਂ ਦੱਸਦੇ ਮੈਂ ਕਿਹਾ ਪ੍ਰੋਮੋ ਸਾਡੀ ਵੀ ਬਹੁਤ ਮਹਿੰਗੀ ਹੁੰਦੀ ਆ ਚਲੋ ਇਸ ਕਰਕੇ ਮੈਂ ਨਾਮ ਨਹੀਂ ਦੱਸਣਾ ਫਿਰ ਵੀ ਜੇ ਬਹੁਤ ਜਿਹੜੇ ਆਪਣੇ ਪਿਆਰੇ ਭਰਾ ਆ ਯਾਰ ਫਿਰ ਵੀ ਤੁਸੀਂ ਘਰੇ ਆ ਜਾਓ ਯਾਰ ਆਪਾਂ ਤੁਹਾਨੂੰ ਲੈ ਜਾਾਂਗੇ ਕੋਈ ਏਡੀ ਗੱਲ ਨਹੀਂ ਹੈ ਪਰ ਇੱਥੇ ਮੈਂ ਨਾਮ ਨਹੀਂ ਲੈ ਸਕਦਾ ਸੋਰੀ ਮੇਰਾ ਭਰਾ ਬਾਕੀ ਰੇਟ ਦੱਸਤਾ ਤਕਲੀਫ ਦੱਸਤੀ ਕੋਈ ਨਹੀਂ ਆਈ ਬਾਕੀ ਠੀਕ ਹੈ ਬ੍ਰੋ ਸਾਰਾ ਕੁਛ ਓਕੇ ਆ ਓਕੇ ਬਾਕੀ ਲਵ ਯੂ ਆ ਤੇ ਜਿਹਨਾਂ ਨੇ ਸਬਸਕ੍ਰਾਈਬ ਕੀਤਾ ਨਾ ਮੇਰਾ ਜਿਹਨਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਨਾ ਪਹਿਲਾਂ ਮੈਂ ਸਬਸਕ੍ਰਾਈਬ ਕਰ ਗਈ ਆ ਨਾ ਕਹਿਣਾ ਖਰੇ ਇੱਦਾਂ ਹੀ ਆ ਇੱਦਾਂ ਨੇ ਯਾਰ ਮੈਂ ਉਂਗਲੀ ਕਾਲੀ ਕਾਲੀ ਬੋਲਣਾ ਸੀ ਜਿਹਨਾਂ ਨੇ ਨਾ ਬਿਨਾਂ ਕਿਸੇ ਵੀਡੀਓ ਤੋਂ ਇੱਕ ਵਾਰੀ ਇਹਦੇ ਡਿਸਕ੍ਰਿਪਸ਼ਨ 'ਚ ਪਾਉਣ ਵਾਲੇ ਚੈਨਲ ਕੀਤਾ ਸਬਸਕ੍ਰਾਈਬ ਉਹਨਾਂ ਦਾ ਬਹੁਤ ਬਹੁਤ ਥੈਂਕਸ ਹੈ ਤੁਸੀਂ ਜੁੜੇ ਰਹੋ ਇੱਕ ਥੋੜ੍ਹੀ ਜਿਹੀ ਗੱਲ ਪੁੱਛਣੀ ਤੁਹਾਨੂੰ ਕਿ ਸਾਡੇ ਕੋਲ ਸ਼ੂਟ ਹੋਏ ਪਏ ਉਸ ਚੈਨਲ 'ਤੇ ਪਾਉਣ ਵਾਸਤੇ ਵਲੌਗ ਸ਼ੂਟ ਕੀਤੇ ਪਏ ਆ ਕਿ ਡੈਵਰ ਵਰਸਿਸ ਫੋਰਚੂਨਰ ਇੱਕ ਥਾਰ ਵਰਸਿਸ ਫੋਰਚੂਨਰ ਐਂਡ ਇੱਕ ਹੈਗਾ ਆ ਸਾਰੇ ਜਣੇ ਜਿੱਦਾਂ ਡਿਮਾਂਡ ਕਰਦੇ ਪਏ ਭਾਜੀ ਉਹਨੇ ਆਪਣੇ ਵਿਆਹ ਦੀ ਵੀਡੀਓ ਪਾਤੀ ਉਹਨੇ ਪਾਤੀ ਬਟ ਆਪਾਂ ਇੱਦਾਂ ਦਾ ਕੰਮ ਨਹੀਂ ਸੀਗਾ ਹਾਈਲਾਈਟਸ ਕਹਿੰਦੇ ਵਿਆਹ ਦੇ ਹਾਈਲਾਈਟਸ ਪਾ ਦਿਓ ਹਾਈਲਾਈਟਸ ਹੁਣ ਤੁਸੀਂ ਸਿਰਫ ਇੱਥੇ ਕਮੈਂਟ ਕਰਕੇ ਜਾਂ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਦੱਸ ਦਿਓ ਕਿ ਸਭ ਤੋਂ ਪਹਿਲਾਂ ਹਾਈਲਾਈਟਸ ਜਾਂ ਜੋ ਵੀ ਆ ਆਪਾਂ ਜਿੱਦਾਂ ਕੱਲ ਨੂੰ ਆਹ ਵਲੌਗ ਆਊਗਾ ਤੇ ਪਰਸੋਂ ਨੂੰ ਉਹ ਨਵਾਂ ਵਲੌਗ ਫਿਰ ਆਊਗਾ ਦੂਜੇ ਚੈਨਲ ਤੇ ਗੁਰਵਿਸ਼ੇ ਦਾ ਜਿਹਨਾਂ ਨੇ ਹਲੇ ਵੀ ਫਲੋ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਤੇ ਉਹ ਵਾਲੇ ਜਿਹੜੇ ਹੈਗੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਹੁਣ ਜਿੱਥੇ ਮੈਂ ਬੋਲਣ ਲੱਗਿਆ ਤੇ ਹੁਣ ਜਿੱਥੇ ਮੈਂ ਬੋਲਣ ਡਿਆ ਨਾ ਇੱਥੇ ਮੇਰੀ ਸਨੈਪਚੈਟ ਆਈਡੀ ਵੀ ਲੈ ਕੇ ਥੱਲੇ ਆਉਂਦੀ ਹੋਣੀ ਆ ਦੇਖੋ GURVIGURVISHERGIL ਇਹਨੂੰ ਤੁਸੀਂ ਕਰ ਲਿਓ ਦੂਜਾ ਫੋਲੋ ਕਰ ਲਿਓ ਤੇ ਬਾਕੀ ਬਲੌਗ ਇਹਨਾਂ ਤੱਕ ਦੇਖਣ ਨੂੰ ਬਹੁਤ ਬਹੁਤ ਮਿਹਰਬਾਨੀ ਤੇ ਬਲੌਗ ਸਿਰਫ ਅੱਜ ਇਨਫੋਰਮੇਸ਼ਨ ਦੇਣ ਨੂੰ ਸੀਗਾ
ਕਈਆਂ ਨੂੰ ਪਸੰਦ ਆਇਆ ਹੋਣਾ, ਕਈਆਂ ਨੂੰ ਨਹੀਂ ਪਸੰਦ ਆਇਆ ਹੋਣਾ, ਉਹਦੇ ਲਈ ਮੈਂ ਸੌਰੀ ਹਾਂ। ਬਟ ਫਿਰ ਵੀ ਜਿਹਨਾਂ ਤੁਹਾਨੂੰ ਖੁਸ਼ੀ ਮਿਲਦੀ ਹੈ ਉਹਨਾਂ ਨੂੰ ਮੈਂ ਮਿਲਾਉਣਾ ਆ। ਚਲ ਮੇਰੇ ਪੁੱਤ ਫਿਰ ਕਿੱਦਾਂ ਦਿਲ ਲੱਗ ਗਿਆ ਸੀ ਅੱਜ ਘਰੇ? ਹਾਂਜੀ, ਤੁਸੀਂ ਜਦੋਂ ਮੇਰੇ ਵਾਲ ਛੋਟੇ ਹੋਏ ਤੁਹਾਨੂੰ ਬੜਾ ਦਿਨ ਲੱਗਿਆ ਨਾ, ਤੁਸੀਂ ਸੈਡ ਹੋ ਗਏ ਸੀ? ਹਲੇ ਮੋਰੀ ਨੀ ਲਾ ਸਕਦੇ, ਬਾਅਦ ਚ ਲਾ ਸਕਦੇ, ਇੱਥੇ ਲਾ ਸਕਦੇ, ਕੁਛ ਵੀ ਨੀ ਹੋਇਆ। ਤੂੰ ਮੈਨੂੰ ਕਹਿੰਦਾ ਸੀ ਨਾ ਵੱਡੇ ਵੱਡੇ ਵਾਲ ਜਦੋਂ ਮੈਂ ਲਾਏ ਸੀ ਕੁਕੜੂ ਬਣ ਗਏ, ਕੁਕੜੂ ਬਣ ਗਿਆ, ਚੱਪਲ ਚੱਪਲ ਉਹ ਵਾਹ ਨਿਊ ਚੱਪਲ। ਇੱਕ ਵਾਰ ਤੁਸੀਂ ਇੱਦਾਂ ਬੈਠੋ, ਚੱਪਲ ਕਿਹੜੀ ਪਾਈ ਫਿਰਦਾ ਜੀ? ਇੱਦਾਂ ਬੈਠਿਆ ਕਰੋ, ਇੱਦਾਂ ਦਾਦੀ ਮੰਮਾ ਨਵੀਂ ਚੱਪਲ ਪਾਈ ਆ? ਨਵੀਂ ਨੀ ਗੀ, ਬਹੁਤ ਪੁਰਾਣੀ। ਵੈਰੀ ਗੁੱਡ, ਇੱਧਰ ਆਓ, ਪੈਰ ਠਾ ਲੈਣੇ, ਪੈਰ ਠਾ ਲੈਣੇ, ਚੌਂਕਣੀ ਮਤਲਬ ਕਿ ਪਹਿਲਾਂ ਉੱਠੋ ਖੜੇ ਹੋਵੋ। ਅੱਛਾ ਮੇਰੀ ਗੱਲ ਸੁਣਾ, ਜੋਰਾਵਰ ਕਿੱਥੇ? ਜੋਰਾਵਰ ਕਿੱਥੇ? ਸਾਰਿਆਂ ਨੇ ਇਹ ਗੱਲ ਦੱਸੋ ਕਿ ਉਹ ਕਿਹਦੀ ਫੋਟੋ ਲੱਗੀ ਆ, ਕਿਸੇ ਨੂੰ ਪਤਾ? ਅੱਛਾ ਆਹ ਫੋਟੋ ਤਾਂ ਨਹੀਂ ਕਿਸੇ ਨੂੰ ਪਤਾ ਕਿਹਦੀ ਫੋਟੋ ਆਈ। ਇਹ ਜੁਨੂੰ ਕਦੋਂ ਦੀ ਫੋਟੋ ਆ? ਜੁਨੂੰ ਦੀ ਨਿੱਕੀ ਹੁੰਦੀ ਦੀ, ਨਿੱਕੀ ਹੁੰਦੀ ਦੀ, ਮੈਂ ਇੱਕਾ ਸੀਗਾ। ਅੱਛਾ ਵੱਡਾ ਹੋ ਗਿਆ ਹੁਣ, ਜੁਨੂੰ ਵੱਡਾ ਹੋ ਗਿਆ, ਮੈਂ ਸਾਰਿਆਂ ਨੂੰ ਦਿਖਾ ਦਵਾਂ। ਦੇਖੋ ਮੇਰਾ ਹੱਥ ਕਿੱਧਰ ਨੂੰ ਪਹੁੰਚਿਆ। ਹਾਂ ਇੱਥੇ ਤਾਂ ਹੱਥ ਪਹੁੰਚਣ ਲੱਗ ਪਿਆ, ਵੱਡਾ ਹੋ ਗਿਆ। ਦੇਖੋ ਬੋਰਨ ਟਾਈਮ, ਆ ਬੋਰਨ ਟਾਈਮ ਆ ਗਿਆ, ਆ ਫਸਟ ਮੰਥ ਆ ਗਿਆ, ਆ ਸੈਕਿੰਡ ਮੰਥ ਆ ਗਿਆ, ਥਰਡ ਮੰਥ ਹੈ ਗੋਲਡਨ ਟੋਲ, ਆ ਫੋਰਥ ਮੰਥ ਜੋਰੇ ਆ ਗਿਆ, ਦੇਖੋ ਫਿਫਥ ਮੰਥ, ਸਿਕਸਥ ਮੰਥ, ਸੈਵਨਥ ਮੰਥ, ਆ ਤਾਂ ਜੋਰਾ ਹੀ ਹੋ ਗਿਆ ਪੂਰਾ, ਸੈਵਨਥ ਮੰਥ ਹੈ। ਇੱਥੇ ਏਟਥ, ਨਾਈਨਥ, ਟੈਂਥ, ਆਦੇ ਦਹੀਂ ਨਾਲ ਮੂੰਹ ਲਵੇੜਿਆ ਹੋਇਆ, ਇਲੈਵਨਥ ਆ ਗਿਆ ਸੀਗਾ, ਟਵੈਲਥ ਬਰਥਡੇ ਵਾਲੇ ਦਿਨ ਦੀ। ਇੱਥੇ ਲਿਆਓ ਕੈਮਰਾ, ਖਤਰਨਾਕ ਬੱਚਾ ਹੈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਖੜ ਜਾਓ, ਤੁਸੀਂ ਸਾਡੀ ਵੀਡੀਓ ਨੂੰ ਤੇ ਚੈਨਲ ਨੂੰ ਪਾਪਾ ਦੇ ਵਿਆਹ ਤੇ ਸੀਗਾ, ਤੂੰ ਤਾਂ ਹੀ ਸੀਗਾ, ਮੰਮਾ ਦੇ ਵਿਆਹ ਤੇ ਤੂੰ ਹੈ ਵੀ ਨੀ, ਤੇਰੀ ਪਲੈਨਿੰਗ ਵੀ ਨੀ ਹੋਈ ਸੀ ਪੁੱਤ। ਚਲੋ ਠੀਕ ਹੈ ਜੀ, ਮਿਲਦੇ ਹਾਂ ਅਗਲੇ ਬਲੌਗ, ਜੋਰੇ ਨੂੰ ਮੜਾ ਦਈਏ ਥੋੜਾ ਜਿਹਾ। ਆਪਣੇ ਭਰਾ ਨੂੰ ਲੈ ਕੇ ਆਓ, ਕਿੱਥੇ ਆ ਤੁਹਾਡਾ ਬ੍ਰਦਰ? ਡੈਡਾ ਲੈ ਕੇ ਆ ਰਿਹਾ ਹੈ, ਡੈਡਾ ਲੈ ਕੇ ਆ ਰਿਹਾ, ਡੈਡਾ ਲੈ ਕੇ ਆਉਂਦੇ ਪਏ ਆ। ਹਾਂਜੀ ਹਾਂ ਤਾਂ ਆ ਗਿਆ। ਹੈਲੋ ਜੋਰੇ, ਹੈਲੋ ਕਰ ਦੋ ਸਾਰਿਆਂ ਨੂੰ। ਦੀਦੀ ਵੀ ਆ ਜੋਰੇ, ਤੇਰੀ ਪਿੱਛੇ ਤੇਰੀ ਦੀਦੀ ਆ, ਸਾਰੇ ਕਹਿੰਦੇ ਆ ਜੋਰੇ ਛਿੱਚ ਕਰਦੇ ਸੀਗਾ ਜੋਰੇ। ਆ ਦੇਖੋ ਅੱਛਦਾ ਮੇਰਾ ਪੁੱਤ ਜੋਰੇ, ਬਾਕੀ ਮੈਂ ਤੁਹਾਨੂੰ ਸੱਚ ਸਾਰਿਆਂ ਨੂੰ ਕਹਿਣ ਲੱਗਾ ਕਿ ਤੁਸੀਂ ਬਲੌਗ 'ਚ ਜੋ ਵੀ ਦੇਖੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂਗਾ ਵੀ ਕਿੱਦਾਂ ਕਿੱਦਾਂ ਕੀ ਹੋਇਆ। ਬਾਕੀ ਇਹਦਾ ਮੈਨੂੰ ਪਤਾ ਨਹੀਂ ਇਹਨੇ ਕਿੱਥੇ ਆ ਕਲਿੱਪ ਲਾਉਣਾ ਆ, ਜਿੱਥੇ ਵੀ ਲਾਉਣਾ ਨਾ ਇਹ ਗੱਲਾਂ ਸੱਚੀਆਂ ਵੀ ਜੋ ਸਿਆਣੇ ਕਹਿ ਗਏ ਆ ਵੀ ਗਾਂਹ ਦੇ ਸਮੇਂ ਵਿੱਚ ਨਾ ਜਿਹੜਾ ਲਹੂ ਆ ਪਾਣੀ ਤੋਂ ਵੀ ਪਤਲਾ ਹੋ ਜਾਣਾ। ਤੁਸੀਂ ਦੇਖ ਲਿਆ ਇੱਕ ਬੰਦੇ ਦੇ ਦਰਦ ਤੋਂ ਵੀ ਪੈਸੇ ਕਮਾਏ ਜਾਣ ਡਿਆ, ਕੋਈ ਬੰਦਾ ਮੁਸੀਬਤ ਜਾਂ ਪੱਟੀਆਂ ਖਿਲਾਉਣ ਡਿਆ ਆ, ਉਹਦੀ ਬਿਮਾਰੀ ਤੋਂ ਜੋ ਮਰਜ਼ੀ ਆ ਪੈਸਾ ਕਮਾਇਆ ਜਾ ਰਿਹਾ ਆ, ਹੈ ਸਬਸਕ੍ਰਾਈਬਰ ਲੈ ਜਾ ਰਿਹਾ। ਦੱਸੋ ਯਾਰ ਪਾਣੀ ਤੋਂ ਵੀ ਲਹੂ ਪਤਲਾ ਹੋ ਗਿਆ। ਬਾਕੀ ਮੈਂ ਗੱਲ ਕਹਿਣੀ ਚਾਹੁੰਦਾ, ਹੋਰ ਕੋਈ ਥਾਂ ਲੈ ਨੀ ਸਕਦਾ ਸਕੇ ਭਰਾਵਾਂ ਦੀ, ਬਟ ਆਹ ਕੀ ਗੱਲ ਕੀਤੀ ਤੂੰ? ਚੰਗਾ ਬਾਈ ਹੈ, ਇਹ ਗੱਲ ਹੋਰ ਸੁਣ ਲਓ, ਤੁਸੀਂ ਵੀ ਬੜੇ ਖਰਾਬ ਹੈ ਉਸਤਾਦ ਜੀ।
ਚੀਜ਼ ਉਹੀ ਦੇਖਣਾ ਉਹਨੇ ਜਿਹੜਾ ਤੁਹਾਨੂੰ ਵੱਖਰਾ ਜਿਹਾ ਲੱਗੇ ਖਰੇ ਗੁਰਵੀ ਸ਼ਾਹ ਸਿਰ ਪਟ ਗਿਆ ਹਾਂ ਫੋਟੋ ਦੇਖਣਾ ਹੈ ਸੀ ਸਭ ਤੋਂ ਪਹਿਲਾਂ ਆਏ ਉਹ ਮਮਾ ਕੁਛ ਵੀ ਨਹੀਂ ਹੋਣਾ ਕੁਛ ਵੀ ਨਹੀਂ ਹੋਣਾ ਤੁਸੀਂ ਜਾਓ ਕੁਛ ਵੀ ਨਹੀਂ ਹੋਣਾ ਚਲੋ 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 ਯੈਸ ਗੋ 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 ਨੰਨੂ ਯੂ ਕੈਨ ਡੂ ਇਟ ਹਟ ਗੰਦਿਆ ਹਟ ਗੰਦਿਆ ਮੂੰਹ ਕਿਤੇ ਲਿਬਰ ਗਿਆ ਮੂੰਹ ਕਿਤੇ ਲਿਬਰ ਗਿਆ ਗੰਦਾ